ਉਹਦੀ ਸਭ ਤੋਂ ਵੱਡੀ ਐਗਜ਼ਾਮਪਲ ਡਾਕੂ ਦਾ ਮੁੰਡਾ ਵਨ ਹੈ ਜੀ, ਜਿਹਨੇ ਮੇਲੇ ਲਾਏ ਸੀ 1,65,00,000 ਦੀ ਓਪਨਿੰਗ ਸੀ। ਮੈਂ ਉੱਚਾ ਦਰ ਬਾਬੇ ਨਾਨਕ ਦਾ ਕੀਤੀ, ਕੋਈ ਨਹੀਂ ਗਿਆ ਦੇਖਣ, ਮੈਂ ਕੀ ਕਰਾਂ ਹੁਣ ਦੱਸੋ। ਜਾਓ ਤਾਂ ਸੀ, ਮੈਂ ਬਾਈ ਜੀ ਕੁੱਟਣਗੇ ਵੀ ਕਰਦਾ, ਕਾਮੇਡੀ ਵੀ ਕਰਦਾ। ਹੁਣ ਜਦੋਂ ਲੋਕ ਮੇਰਾ ਐਕਸ਼ਨ ਧਮੁੱਕ ਦੇਖਣਾ ਪਸੰਦ ਕਰਦੇ ਨੇ, ਹੁਣ ਐਕਟਰ ਤੋਂ ਜੋ ਮੰਗਦੀ ਆਡੀਅੰਸ ਉਹੀ ਦਊਗਾ। ਬੰਦਾ ਪਰਿਵਾਰਾਂ ਨੂੰ ਜੋੜਨ ਦੀ ਗੱਲ ਕਰਦੀ ਹੈ, ਔਰ ਬਾਣੀ ਕਿਵੇਂ ਬਦਲਾਵ ਲੈ ਕੇ ਆਉਂਦੀ ਹੈ ਬੰਦੇ 'ਚ, ਜਿਹੜੀ ਕਿ ਅੱਜ ਦੇ ਸਮੇਂ ਦੀ ਜ਼ਰੂਰਤ ਹੈ, ਕੋਈ ਨਹੀਂ ਗਿਆ ਦੇਖਣ। ਹੁਣ ਜਦੋਂ ਲੋਕ ਮੇਰਾ ਐਕਸ਼ਨ ਧਮੁੱਕ ਦੇਖਣਾ ਪਸੰਦ ਕਰਦੇ ਨੇ, ਹੁਣ ਐਕਟਰ ਤੋਂ ਜੋ ਮੰਗਦੀ ਆਡੀਅੰਸ ਉਹੀ ਦਊਗਾ ਬੰਦਾ। ਹੁਣ ਇਹ ਤੋਂ ਕਈ ਲੋਕ ਕਹਿੰਦੇ ਨੇ ਇੱਦਾਂ ਦਾ ਸਿਨੇਮਾ ਉਹ ਫਲਾਣਾ, ਮੈਂ ਤਾਂ ਉੱਚਾ ਦਰ ਬਾਬੇ ਨਾਨਕ ਦਾ ਟਾਈਟਲ ਸੁਣ ਕੇ ਯੈਸ ਕਰਤੀ ਸੀਗੀ, ਮੈਂ ਕਰੈਕਟਰ ਵੀ ਨਹੀਂ ਸੀ ਸੁਣਿਆ। ਉਹ ਇੰਨੀਆਂ ਫੈਮਲੀਆਂ ਨੂੰ ਜੋੜਨ ਦੀ ਗੱਲ ਕਰਦੀ ਸੀ ਫਿਲਮ, ਪਰਿਵਾਰਾਂ ਨੂੰ ਜੋੜਨ ਦੀ ਗੱਲ ਕਰਦੀ ਹੈ, ਔਰ ਬਾਣੀ ਕਿਵੇਂ ਬਦਲਾਵ ਲੈ ਕੇ ਆਉਂਦੀ ਹੈ ਬੰਦੇ 'ਚ, ਜਿਹੜੀ ਕਿ ਅੱਜ ਦੇ ਸਮੇਂ ਦੀ ਜ਼ਰੂਰਤ ਹੈ, ਕੋਈ ਨਹੀਂ ਗਿਆ ਦੇਖਣ। ਇੰਨੇ ਸੋਹਣੇ ਸ਼ਬਦ ਜੀ, ਸਾਰੇ, ਕੋਈ ਚੱਕਵਾਂ ਗਾਣਾ ਨਹੀਂ ਸੀ, ਕੋਈ ਠਾਠੂ ਵਾਲਾ ਗਾਣਾ ਨਹੀਂ ਸੀਗਾ। ਤੁਸੀਂ ਜਾਂਦੇ ਤਾਂ ਅਸੀਂ ਉੱਦਾਂ ਦਾ ਸਿਨੇਮਾ ਕਰਾਂਗੇ, ਜਾਓ ਤਾਂ ਸਹੀ। ਮੈਂ ਸੁਣਿਆ ਅੱਜ ਕੱਲ ਏਦਾਂ ਵੀ ਹੁੰਦਾ ਕਿ ਇੱਕ ਨੈਗੇਟਿਵ ਕਮੈਂਟ ਕਰਨ ਵਾਲੇ ਜਾਂ ਪੋਜ਼ਿਟਿਵ ਕਮੈਂਟ ਕਰਨ ਵਾਲਿਆਂ ਦੇ ਵੀ ਇੱਕ ਪਾਰਟਿਕੂਲਰ ਕੈਟੇਗਰੀਜ਼ ਨੇ ਡਿਸਾਈਡ ਕੀਤਾ ਜਾਂਦਾ ਕਿ ਇਸ ਚੀਜ਼ ਨੂੰ ਮਾਰਕੀਟ ਦੇ ਵਿੱਚ ਇਦਾਂ ਦੇ ਕਮੈਂਟ ਕਰਕੇ ਪੋਜ਼ਿਟਿਵ ਔਰ ਨੈਗੇਟਿਵ ਤੁਸੀਂ ਇੱਕ ਯੂ ਨੋ ਮਾਰਕੀਟ ਸੈੱਟ ਕਰਨੀ ਹੈ, ਇੱਕ ਵੇਵ ਜੀ ਬਣਾਈ ਜਾਂਦੀ ਹੈ ਹਨਾ, ਕਿ ਜੇ ਇੱਕ ਵਾਰ ਚੱਲ ਜੇ ਇੱਕ ਕਮੈਂਟ ਪੈਂਦਾ ਉਹਦੇ ਵਿੱਚ 10 12 13 ਫਿਰ ਉਹ ਬਣਾਇਆ ਜਾਂਦਾ ਨੈਗੇਟਿਵ ਉਹਨੂੰ ਜੀ, ਕਿ ਇਹ ਬਣ ਜੇ ਉਦਾਂ ਦਾ ਰੁਝਾਨ। ਇਹ ਵੀ ਹੁੰਦਾ ਕਿ ਇੱਕ ਫਿਲਮਾਂ ਦੋ ਫਿਲਮਾਂ ਆ ਰਹੀਆਂ ਨੇ, ਦੂਜੀ ਫਿਲਮ ਵਾਲੇ ਚੱਕ ਕੇ ਕਰਦੇ ਨੇ ਕਿ ਇਹਦੇ ਨੈਗੇਟਿਵ ਕਮੈਂਟਿੰਗ ਸ਼ੁਰੂ ਕਰ ਦਿਓ, ਦੇਵ ਦੀ ਕੋਈ ਕਮਜ਼ੋਰੀ ਹੈ ਜਾਂ ਕਿਸੇ ਐਕਟਰ ਦੀ ਕੋਈ ਕਮਜ਼ੋਰੀ ਹੈ ਉਹਦੇ ਬਾਰੇ ਲਿਖਣਾ ਸ਼ੁਰੂ ਕਰ ਦਿਓ, ਬਣਾਈਏ ਇੱਦਾਂ ਦਾ ਕੋਈ ਪਾਸਟ ਦੇ ਵਿੱਚ ਇਹਨੇ ਕੋਈ ਗਲਤੀ ਕੀਤੀ ਹੈ ਤਾਂ ਉਹ ਚੱਕ ਕੇ ਇੱਕ ਵਾਰ ਲੋਕਾਂ ਨੂੰ ਯਾਦ ਕਰਾ ਦਿਓ, ਆਉਣ ਦਿਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੇਖੋ ਨਫ਼ਰਤ ਕਰਨ ਵਾਲੇ ਬਹੁਤ ਘੱਟ ਨੇ, ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ, ਇਹ ਫਿਲਮਾਂ ਨੇ ਸਾਡੀਆਂ ਨੇ ਪ੍ਰੂਵ ਵੀ ਕੀਤੀ ਹੈ ਚੀਜ਼। ਸੋ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਨੇ, ਪਰ ਇੱਦਾਂ ਦੀ ਮਾਨਸਿਕਤਾ ਨਹੀਂ ਹੋਣੀ ਚਾਹੀਦੀ। ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਕਰਨਾ, ਉਹਨੂੰ ਮਾਂ ਭੈਣ ਦੀ ਗੱਲ ਕੱਢਣੀ ਜਾਂ ਫਿਰ ਉਹਨੂੰ ਮੰਦਾ ਬੋਲਣਾ, ਇਹਦੇ ਨਾਲ ਤੁਹਾਡਾ ਆਪਣਾ ਕਰੈਕਟਰ ਕੀ ਹੈ, ਤੁਸੀਂ ਆਪਣੇ ਜਿਹੜੇ ਪੇਰੈਂਟਸ ਦੀ ਪਰਵਰਿਸ਼ ਹੈ ਉਹਤੇ ਕੁਐਸਚਨ ਮਾਰਕ ਲਾ ਰਹੇ ਹੋ ਕਿ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਇਹੀ ਸਿਖਾਇਆ, ਲੋਕ ਇਹੀ ਕਹਿਣਗੇ ਨਾ, ਉਹਨਾਂ ਦੀ ਤਾਂ ਘੱਟੋ ਘੱਟ ਇੱਜ਼ਤ ਕਰ ਲਓ। ਕਿਸੇ ਨੂੰ ਮੰਦਾ ਬੋਲਣਾ ਵੀ ਕਿਉਂ ਹੈ, ਕੀ ਵੈਰ ਹੈ ਤੁਹਾਡਾ ਕਿਸੇ ਨਾਲ? ਡਿਬੇਟ ਕਰੋ, ਕਮੈਂਟ ਕਰੋ, ਪਰ ਉਹ ਵਧੀਆ ਤਰੀਕੇ ਨਾਲ ਕਰੋ। ਹੋਰ ਵੀ ਬਹੁਤ ਤਰੀਕੇ ਨੇ ਕਿਸੇ ਨੂੰ ਉਲਾਂਭਾ ਦੇਣ ਦੇ, ਗਾਲੀ ਗਲੋਚ ਨਹੀਂ ਇਕੱਲਾ ਹੁੰਦਾ, ਬੜੇ ਤਰੀਕੇ ਨੇ, ਤੁਸੀਂ ਹੈ ਨਾ ਉਸ ਵੇ 'ਚ ਜਾ ਕੇ ਵੀ ਤੁਸੀਂ ਗੱਲ ਕਰ ਸਕਦੇ ਹੋ ਕਿ ਹਾਂ ਬਾਈ ਜੀ ਆਹ ਚੀਜ਼ ਤੇਰੀ ਇੱਦਾਂ ਨਹੀਂ ਆ ਰਹੀ, ਅਸੀਂ ਤੈਨੂੰ ਇੱਦਾਂ ਦਾ ਸਿਨੇਮਾ, ਇੱਦਾਂ ਦਾ ਐਕਟਰ ਮੰਨਦੇ ਹਾਂ ਵੀਰੇ, ਤੂੰ ਇੱਦਾਂ ਦਾ ਕੰਮ ਕਰ, ਉਦਾਂ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਤੁਸੀਂ ਕਮੈਂਟਸ ਪੜ੍ਹਦੇ ਹੋ ਨਾ? ਮੈਂ ਹੁਣ ਤਾਂ ਹਟ ਗਿਆ ਜੀ, ਹੁਣ ਘਟ ਗਿਆ, ਹੁਣ ਘਟ ਗਿਆ। ਓਕੇ, ਪਹਿਲਾਂ ਮੈਂ ਪੜ੍ਹਦਾ, ਫਿਰ ਮੈਨੂੰ ਲੱਗਿਆ ਕਈ ਵਾਰ ਪਹਿਲਾਂ ਗੁੱਸਾ ਬਹੁਤ ਆਉਂਦਾ ਹੁੰਦਾ ਸੀਗਾ, ਰਿਐਕਸ਼ਨ ਆਉਂਦਾ ਹੁੰਦਾ ਜੀ, ਪਹਿਲਾਂ ਯਾਰ ਗਾਲ ਕਿਵੇਂ ਕੱਢੀ, ਆਹ ਸਾਲਾ ਸਾਹਮਣੇ ਤੈਨੂੰ ਦੱਸੀ, ਹੁਣ ਨਹੀਂ, ਮੈਂ ਹੁਣ ਮੈਂ ਕਹਿੰਦਾ ਇਹ ਇੱਕ ਕਲਾਸ ਹੈ, ਇਹਨਾਂ ਦਾ ਅਲੱਗ ਕਲਾਸ ਹੈ, ਇਹ ਕੋਈ ਇੰਟਲੈਕਚੁਅਲ ਲੋਕ ਨਹੀਂ ਹੈਗੇ, ਪੜ੍ਹੇ ਲਿਖਿਆ ਬੰਦਾ, ਸਿਆਣਾ ਬੰਦਾ, ਕਦੇ ਕਿਸੇ ਨੂੰ ਗਾਲ ਨਹੀਂ ਕੱਢਦਾ, ਮੰਦਾ ਨਹੀਂ ਬੋਲਦਾ,